ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਆਪਾਂ ਗਏ ਸੀ ਬਠਿੰਡੇ ਕਿਸਾਨ ਮੇਲੇ ਅਤੇ ਉੱਥੋਂ ਪੰਜਾਬ ਯੂਨੀਵਰਸਿਟੀ ਵਾਲਿਆਂ ਦੀ ਬੀਜਾਂ ਦੀ ਕਿੱਟ ਲੈ ਕੇ ਆਏ ਹਾਂ। ਇਹਦੇ ਵਿੱਚ 10 ਤਰ੍ਹਾਂ ਦੇ ਆਪਾਂ ਨੂੰ ਸਬਜ਼ੀਆਂ ਦੇ ਬੀਜ ਮਿਲ ਜਾਂਦੇ ਜਿਹੜੇ ਸਰਦੀਆਂ ਦੇ ਵਿੱਚ ਲੱਗਦੇ ਨੇ। ਇਹ ਮੇਲਾ ਹੀ ਲੱਗਦਾ 6 ਮਹੀਨਿਆਂ ਤੋਂ, ਗਰਮੀ ਸਰਦੀ ਦੋਨੇ ਆ। ਸਰ੍ਹੋਂ ਦੀ ਪੈਕਟ ਆ ਗਈ, ਸਰ੍ਹੋਂ ਤੋਂ ਬਾਅਦ ਆ ਗਈ ਜੀ ਬਰੋਕਲੀ, ਬਰੋਕਲੀ ਦੇਖ ਸਕਦੇ ਹੋ ਤੁਸੀਂ। ਬਰੋਕਲੀ ਤੋਂ ਬਾਅਦ ਆ ਗਿਆ ਮਿੱਤਰੋ ਗਾਜਰ ਦਾ ਵੀ, ਗਾਜਰ ਦੀ ਵਰਾਇਟੀ ਆ ਗਈ ਜੀ ਇਹ। ਗਾਜਰ ਤੋਂ ਬਾਅਦ ਆ ਗਈ ਵੀਰੋ ਮੇਥੀ, ਮੇਥੀ ਦੇਖ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਆ ਗਿਆ ਜੀ ਧਨੀਆ ਮਿੱਤਰੋ, ਧਨੀਏ ਦਾ ਪੈਕਟ ਆ ਗਿਆ ਇਹ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਪਾਲਕ ਦਾ ਬੀਜ ਜੀ, ਪਾਲਕ ਦੀ ਵਰਾਇਟੀ ਆ ਗਈ ਇਹ। ਪਾਲਕ ਤੋਂ ਬਾਅਦ ਆ ਗਈ ਸਰ੍ਹੋਂ, ਸਾਗ ਵਾਲੀ ਸਰ੍ਹੋਂ ਆ ਗਈ ਮਿੱਤਰੋ ਇਹ। ਸਾਗ ਵਾਲੀ ਸਰ੍ਹੋਂ ਤੋਂ ਬਾਅਦ ਆ ਗਈ ਮਿੱਤਰੋ ਆਪਣੇ ਕੋਲ ਮੂਲੀ, ਮੂਲੀ ਦੇ ਬੀਜ ਆਏ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਮਟਰ, ਮਟਰ ਦੇ ਬੀਜ ਦੇਖ ਸਕਦੇ ਹੋ ਤੁਸੀਂ, ਮਟਰ ਦੀ ਵਰਾਇਟੀ ਆ ਗਈ ਇਹ। 10 ਤਰ੍ਹਾਂ ਦੀਆਂ ਵਰਾਇਟੀਆਂ ਮਿਲਦੀਆਂ ਮਿੱਤਰੋ ਇਹ, ਆਪਾਂ ਨੂੰ ਬਾਹਰੋਂ ਕਿਤੋਂ ਨਹੀਂ ਮਿਲਦੀਆਂ। ਪੰਜਾਬ ਯੂਨੀਵਰਸਿਟੀ ਦਾ ਬੀਜ ਆ ਇਹ, 101% ਆਰਾਮ ਦਾ। ਇਹ ਹੈਗਾ ਜੀ ਮੇਥਾ, ਮੇਥੇ ਤੋਂ ਬਾਅਦ ਮਿੱਤਰੋ ਆ ਗਈ ਆਪਾਂ ਨੂੰ ਇਹਦੇ ਵਿੱਚ ਪਰਚੀ ਆ, ਇਹਦੇ ਸਾਰੀਆਂ ਵਰਾਇਟੀਆਂ ਦਾ ਲਿਖਿਆ ਹੋਇਆ ਕਿਹੜੇ ਮਹੀਨੇ 'ਚ ਕਿਹੜੀ ਸਬਜ਼ੀ ਲਾਉਣੀ ਆ ਆਪਾਂ। ਧੰਨਵਾਦ ਜੀ ਵੀਡੀਓ ਦੇਖਣ ਲਈ।